ਦੇਖੋ ਬਾਈ, ਇਹ ਸਾਡੇ ਪਿੰਡਾਂ 'ਚ ਮੰਡੀ ਦੇ ਵਿੱਚ ਪਨਗਰੇਨ ਵਾਲੇ ਆਏ ਸੀ ਬੋਲੀ ਲਾਉਣ ਜੀ। ਇਹਦੇ ਵਿੱਚ ਇਹਨਾਂ ਨੇ ਕੀ, ਇਹਨਾਂ ਦਾ ਇੱਕ ਮੈਜਿਕ ਹੈ ਦੇਖੋ। ਪਾ ਬਾਈ ਪਹਿਲਾਂ ਉੱਪਰ ਕਰਕੇ ਪਾ, ਆ ਦੇਖੋ ਜੀ ਮਸ਼ੀਨ ਹੁਣ ਆਇਆ 13-6 ਜੀ। ਇਹੀ ਕਰਕੇ ਹੁਣ ਆਇਆ 12-3 ਜੀ। ਹੇਰਾ ਫੇਰੀ, ਹੇਰਾ ਫੇਰੀ ਇਹਨਾਂ ਦੀ। ਅਸੀਂ ਉਰੇ ਜਿਹੜਾ ਰੱਖਿਆ ਉਰੇ। ਹੁਣ ਕਿਸਾਨਾਂ ਦੇ ਵੱਲੋਂ ਪਨਗਰੇਨ ਦੇ 2 ਇੰਸਪੈਕਟਰਾਂ ਨੂੰ ਬੰਧਕ ਬਣਾਇਆ ਗਿਆ। ਕਣਕ ਦੇ ਮੌਇਸਚਰ ਨੂੰ ਲੈ ਕੇ ਮੁਲਾਜ਼ਮਾਂ ਨੂੰ ਘੇਰਿਆ ਗਿਆ। ਸਿੱਧੂਪੁਰ ਜਥੇਬੰਦੀ ਦੇ ਨਾਲ ਇਹ ਸਾਰੇ ਕਿਸਾਨ ਸੰਬੰਧਿਤ ਨੇ, ਜਿਨ੍ਹਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ। ਕਣਕ ਦੀ ਬੋਲੀ ਲਾਉਣ ਨੂੰ ਲੈ ਕੇ ਇਨਕਾਰ ਕੀਤਾ ਸੀ ਔਰ ਹੁਣ ਕਿਸਾਨ ਕਹਿ ਰਹੇ ਨੇ ਕਿ ਜਦੋਂ ਤੱਕ ਕਣਕ ਦੀ ਬੋਲੀ ਨਹੀਂ ਲੱਗਦੀ ਉਨੀ ਦੇਰ ਤੱਕ ਬੰਧਕ ਬਣਾਏ ਇੰਸਪੈਕਟਰਾਂ ਨੂੰ ਨਹੀਂ ਛੱਡਿਆ ਜਾਵੇਗਾ। ਲਹਿਰਾ ਗਾਗਾ ਦੇ ਪਿੰਡ ਜਲੂਰ ਦਾ ਇਹ ਪੂਰਾ ਮਾਮਲਾ ਹੈ। ਪਨਗਰੇਨ ਦੇ 2 ਇੰਸਪੈਕਟਰ ਕਣਕ ਦੀ ਬੋਲੀ ਲਗਾਉਣ ਗਏ ਤਾਂ ਮੌਇਸਚਰ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਬੋਲੀ ਲਾਉਣ ਤੋਂ ਇਨਕਾਰ ਕੀਤਾ। ਮੌਕੇ 'ਤੇ ਮੌਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨਾਂ ਦੇ ਵੱਲੋਂ ਇੰਸਪੈਕਟਰਾਂ ਨੂੰ ਬੰਧਕ ਬਣਾਇਆ ਗਿਆ ਔਰ ਸਵਾਲ ਜਵਾਬ ਕੀਤੇ ਗਏ ਨੇ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜਦੋਂ ਤੱਕ ਕਣਕ ਦੀ ਬੋਲੀ ਨਹੀਂ ਲੱਗਦੀ ਬੰਧਕ ਬਣਾਏ 2 ਇੰਸਪੈਕਟਰਾਂ ਨੂੰ ਨਹੀਂ ਛੱਡਿਆ ਜਾਵੇਗਾ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਦੇਖੋ ਬਾਈ, ਇਹ ਸਾਡੇ ਪਿੰਡਾਂ 'ਚ ਮੰਡੀ ਦੇ ਵਿੱਚ ਪਨਗਰੇਨ ਵਾਲੇ ਆਏ ਸੀ ਬੋਲੀ ਲਾਉਣ ਜੀ। ਇਹਦੇ ਵਿੱਚ ਇਹਨਾਂ ਨੇ ਕੀ, ਇਹਨਾਂ ਦਾ ਇੱਕ ਮੈਜਿਕ ਹੈ ਦੇਖੋ। ਪਾ ਬਾਈ ਪਹਿਲਾਂ ਉੱਪਰ ਕਰਕੇ ਪਾ, ਆ ਦੇਖੋ ਜੀ ਮਸ਼ੀਨ ਹੁਣ ਆਇਆ 13-6 ਜੀ। ਇਹੀ ਕਰਕੇ ਵਿੱਚੋਂ ਨਹੀਂ ਪਾ ਦੇ ਤੇ ਹੁਣ ਆਇਆ 12-3 ਜੀ। ਹੇਰਾ ਫੇਰੀ ਇਹਨਾਂ ਦੀ। ਅਸੀਂ ਉਰੇ ਜਿਹੜਾ ਰੱਖਿਆ ਉਰੇ ਜਿੰਨਾ ਤੱਕ ਇਹ ਸਾਡੀ 14 ਤੱਕ ਨਹੀਂ ਕਣਕ ਜੋਖਦਾ ਉਹਨਾਂ ਤੱਕ ਅਸੀਂ ਨੂੰ ਜਾਣ ਨਹੀਂ ਦਿੰਦੇ ਹੈਗੇ। ਪਰ ਪੰਜਾਬ ਸਰਕਾਰ ਦੀ ਦੇਖੋ ਕਿੱਡੀ ਨਲਾਇਕੀ ਹੈ ਇਹ। ਪੰਜਾਬ ਸਰਕਾਰ ਦਾ ਉਰੇ MLA ਵਰਿੰਦਰ ਗੋਇਲ ਆਇਆ ਸੀ ਸਾਡੇ ਪਿੰਡ ਦੇ ਵਿੱਚ। ਅਸੀਂ ਨੇ ਉਹਨੂੰ ਸਵਾਲ ਜਵਾਬ ਕੀਤੇ ਸੀ ਵੀ ਐਂ ਕਰਕੇ ਭਾਈ ਤੁਹਾਡੇ ਰਾਜ ਦੇ ਵਿੱਚ ਸਾਨੂੰ ਇਹ ਤੰਗੀ ਆ ਰਹੀ ਹੈ, ਪਰ ਉਹ ਸਾਨੂੰ ਕਹਿ ਕੇ ਗਿਆ ਸੀ ਸਾਡੇ ਪਿੰਡ ਦੀ ਸੱਥ ਦੇ ਵਿੱਚ ਵੀ 14 ਤੱਕ ਅਸੀਂ ਕਣਕਾਂ ਚੱਕਾਂਗੇ ਸਾਰੀਆਂ। ਪਰ ਉਹ ਵੋਟਾਂ ਲੈਣ ਦੇ ਢੰਗ ਨੇ ਭਰਾਵੋ, ਆਹ ਦੇਖੋ ਮੁੱਠੀ ਸਾਡੀ ਭਰੀ ਪਈ ਹੈ। ਜੇ ਅੱਜ ਇਹਦੇ ਵਿੱਚ ਕਿੱਟਾ ਵੀ ਨਾ ਚੁੱਕਿਆ ਤਾਂ ਕੱਲ੍ਹ ਨੂੰ ਸਾਨੂੰ ਲੈਣ ਨੂੰ ਜਗ੍ਹਾ ਨਹੀਂ ਰਹਿਣੀ ਹੈਗੀ। ਫਿਰ ਅਸੀਂ ਦੱਸੋ ਕਿੱਥੇ ਜਾਵਾਂਗੇ, ਮਜਬੂਰੀ ਬਸ ਫਿਰ ਅਸੀਂ ਜਗ੍ਹਾ ਭਾਲਾਂਗੇ। ਇੱਕ ਪਾਸੇ ਭਗਵੰਤ ਮਾਨ ਕਹਿੰਦਾ ਵੀ ਵਜ੍ਹਾ ਨਹੀਂ ਦੇਖਦੇ ਇਹ, ਜਿੱਥੇ ਜਗ੍ਹਾ ਮਿਲਦੀ ਹੈ ਧਰਨੇ ਲਾ ਲੈਂਦੇ ਨੇ। ਭਗਵੰਤ ਮਾਨ ਜੀ ਆ ਇਹ ਵਜ੍ਹਾ ਸਾਡੀ ਅਸਲ, ਜਿਹੜੀ ਸਾਡੀ ਫਸਲ ਹੈ ਨਾ ਖੂਨ ਨਾਲ ਪਾਲੀ ਹੋਈ, 6-6 ਮਹੀਨੇ ਹੋ ਗਏ ਸਾਨੂੰ ਪਾਲਦਿਆਂ ਨੂੰ ਸਿਆਲਾਂ ਦੇ ਵਿੱਚ ਰਾਤਾਂ ਨੂੰ। ਆਹ ਦੇਖੋ ਸਾਡੀ ਮੰਡੀਆਂ ਦੇ ਵਿੱਚ ਅੱਜ ਜ਼ਰੂਰੀ ਹੈ ਤੇਰੇ ਸਰਕਾਰ ਤੇਰੇ ਰਾਜ ਦੇ ਵਿੱਚ। ਦੂਜੇ ਪਾਸੇ ਤੁਹਾਡੇ ਰਾਜ ਦੇ ਵਿੱਚ ਤੁਸੀਂ ਰੋ ਰਹੇ ਹੋ ਸਾਨੂੰ। ਇਹ ਤੁਹਾਨੂੰ ਅੱਜ ਅਸੀਂ ਇੱਕ ਵਾਰੀ ਚੈਲੰਜ ਕਰਦੇ ਹਾਂ, ਉਰੇ ਅਸੀਂ ਅੱਜ ਪਨਗਰੇਨ ਦੇ ਅਧਿਕਾਰੀ ਘੇਰੇ ਹੋਏ ਨੇ,
ਨਹੀਂ ਛੱਡਦੇ ਇਹਨਾਂ ਨੂੰ ਜਿੰਨਾ ਤੱਕ ਸਾਡੇ ਇਹ ਉਰੇ 14 ਮੋਚਰ ਤੱਕ ਸਾਡੀ ਕਣਕ ਨਹੀਂ ਚੋਕਦੇ ਉਹਨਾਂ ਤੱਕ ਇਹਨਾਂ ਨੂੰ ਜਾਣ ਨਹੀਂ ਦਿੰਦੇ ਚਾਹੇ 2 ਦਿਨ ਬੈਠਣ ਚਾਹੇ 4 ਦਿਨ ਉਰੇ ਬੈਠੇ ਰਹਿਣ ਅਸੀਂ ਨਹੀਂ ਜਾਣ ਦੇਵਾਂਗੇ ਮਜ਼ਬੂਰੀ ਬਸ ਦੀ ਸੜਕਾਂ ਇਹਨਾਂ ਦੇ ਵੀ ਆਵਾਂਗੇ ਹੁਣ ਸੋ ਇੰਨੀਆਂ ਬੇਨਤੀਆਂ ਨੇ ਪੰਜਾਬ ਸਰਕਾਰ ਨੂੰ ਵੀ ਸਾਡੀ ਕਣਕ ਦਾ ਲਾਜ ਛੇਤੀ ਤੋਂ ਛੇਤੀ ਜਾਂ ਦਾਣਾ ਸਾਡਾ ਮੰਡੀ ਦੇ ਵਿੱਚੋਂ ਚੱਕਿਆ ਜਾਣਾ ਚਾਹੀਦਾ ਹੈ।